ਦੇਸ਼ ਦੇ ਆਜ਼ਾਦੀ ਦਿਹਾੜੇ ਦੇ ਸੰਬੰਧ ਵਿੱਚ ਗ੍ਰੀਨ ਐਵਨਿਊ ਵੈਲਫੇਅਰ ਐਸੋਸੀਏਸ਼ਨ ਵੱਲੋਂ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਅਗਵਾਈ ਵਿੱਚ ਕੌਮੀ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਇਸ ਮੌਕੇ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦੇ ਦਿਹਾੜੇ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਉਹਨਾਂ ਦੇ ਨਾਲ ਵਰੀਤ ਆਹੂਜਾ, ਪਵਨ ਕੁਮਾਰ, ਸੁਨੀਲ ਮਹਾਜਨ, ਸ਼ਾਮ ਕਪੂਰ, ਵਿਵੇਕ ਪਾਹੀ, ਮੋਹਨੀ, ਵਿਕਾਸ ਖੰਨਾ ਸਮੇਤ ਵੱਡੀ ਗਿਣਤੀ ਵਿੱਚ ਐਸੋਸੀਏਸ਼ਨ ਦੇ ਮੈਂਬਰਸ ਹਾਜ਼ਰ ਸਨ। ਅੱਜ ਗ੍ਰੀਨ ਐਵਨਿਊ ਵੈਲਫੇਅਰ ਐਸੋਸੀਏਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਅਸੀਂ 15 ਅਗਸਤ ਆਜ਼ਾਦੀ ਦਾ ਦਿਵਸ ਇਸ ਡਾਕਟਰ ਬਲਦੇਵ ਪ੍ਰਕਾਸ਼ ਪਾਰਕ 'ਚ ਮਨਾਉਂਦੇ ਹਾਂ। ਸਾਡੇ ਸਾਰੇ ਐਗਜ਼ੈਕਟਿਵ ਦੇ ਮੈਂਬਰ, ਸਾਰੇ ਇੱਥੋਂ ਦੇ ਵਸਨੀਕ, ਅਸੀਂ ਰਲ ਕੇ ਜਿਸ ਤਰ੍ਹਾਂ ਹਰ ਤਿਉਹਾਰ ਮਨਾਉਂਦੇ ਹਾਂ, ਉਤਰੇ ਆਜ਼ਾਦੀ ਦਾ ਦਿਵਸ ਵੀ ਅੱਜ ਮਨਾਉਂਦੇ ਹਾਂ ਔਰ ਇੱਥੇ ਆਪਾਂ ਝੰਡਾ ਲਹਿਰਾਉਂਦੇ ਹਾਂ। ਔਰ ਇਸ ਕਰਕੇ ਮੈਂ ਅੱਜ ਸਾਰੇ ਅੰਮ੍ਰਿਤਸਰ ਨਿਵਾਸੀਆਂ ਨੂੰ ਅਪੀਲ ਕਰਦਾ ਕਿ ਆਪਾਂ ਜਿਹੜੀਆਂ ਸਮਾਜਿਕ ਕ੍ਰੀਤੀਆਂ ਉਹਨਾਂ ਨੂੰ ਦੂਰ ਕਰੀਏ। 15